ਵੀ ਮੈਂ ਕੈਨੇਡਾ ਚ ਆ ਚੁੱਕੀ ਹਾਂ ਤੇ ਇਹ ਮੇਰੇ ਫਾਦਰ ਦਾ ਡ੍ਰੀਮ ਸੀਗਾ ਨਹੀਂ ਮੈਂ ਨਹੀਂ ਮੰਨਦਾ ਚਲੋ ਠੀਕ ਹੈ ਹੁਣ ਮੈਨੂੰ ਸਵੇਰੇ ਠਾ ਦਿਓ ਕਿਉਂਕਿ ਤੁਹਾਡੀ ਤੇ ਰਾਤ ਹੋਣੀ ਆ ਉਹ ਬੀਬੀ ਮਾਫ ਕਰ ਸਾਨੂੰ ਜਿਉਂ ਤੂੰ 에어ਪੋਰਟ ਤੋਂ ਉਤਰੀ ਹੈ ਕੈਮਰਾ ਨਹੀਂ ਬੰਦ ਕਰੀ ਬਾਹ ਰੱਬ ਦਾ ਵਾਸਤਾ ਬੰਦ ਕਰ ਇਹਨੂੰ ਕੈਮਰੇ ਨੂੰ ਇਹਦੇ ਚ ਰਾਈਸ ਤੇ ਫਰੂਟਸ ਵਗੈਰਾ ਤੇ ਨਾਲ ਹੈਗਾ ਐਪਲ ਜੂਸ ਲੋਕਾਂ ਨੂੰ ਪਤਾ ਹੀ ਕੁਝ ਨਹੀਂ ਹੈ ਹਨਾ ਕੈਨੇਡਾ ਬਾਰੇ ਪਤਾ ਹੀ ਕੁਝ ਨਹੀਂ ਆ ਐਂਜਲ ਗਈ ਆ ਤੇ ਫੇਰ ਪਤਾ ਲੱਗਾ ਕਿ ਹਾਂ ਵੀ ਕੈਨੇਡਾ ਵੀ ਹੈਗਾ ਸ਼ਹਿਰ ਕਿਉਂਕਿ ਤੂੰ ਗਿਆ ਨਹੀਂ ਨਾ ਹੈਗਾ ਲੋਕਾਂ ਦੇ ਟੱਬਰਾਂ ਚੋਂ ਕੋਈ ਜਾਂ ਰਿਸ਼ਤੇਦਾਰਾਂ ਚੋਂ ਕੋਈ ਕੈਨੇਡਾ ਗਿਆ ਹੀ ਨਹੀਂ ਹੈ ਲੋਕਾਂ ਨੂੰ ਪਤਾ ਹੀ ਨਹੀਂ ਕੈਨੇਡਾ ਕਿੱਥੇ ਆ ਤੇ ਕੀ ਮਿਲਦਾ ਰਾਹ ਚ ਪਲੇਨ ਦੇ ਵਿੱਚ ਕਿਵੇਂ ਜਹਾਜ਼ ਦੇ ਵਿੱਚ ਚੜੀਦਾ ਵਾ ਜਹਾਜ਼ ਦੇ ਵਿੱਚ ਬਹਿਣ ਲੱਗਿਆ ਫਿਰ ਕਿੱਦਾਂ ਦੇ ਮੂੰਹ ਬਣਾਈ ਦੇ ਆ ਹਨਾ ਇਹ ਵਲੌਗਿੰਗ ਕਰਕੇ ਇੰਜਨ ਨੂੰ ਹੁਣ ਘੱਲਿਆ ਸਪੈਸ਼ਲ ਜਿੱਦਾਂ ਨਾਸਾ ਵਾਲੇ ਘੱਲਦੇ ਨਾ ਉੱਤੇ ਇੱਦਾਂ ਪੰਜਾਬ ਵਾਲਿਆਂ ਨੇ ਘੱਲਿਆ ਕਿ ਕੈਨੇਡਾ ਬਾਰੇ ਦੱਸ ਜਾ ਕੇ ਕੀ ਹੁੰਦਾ ਕੀ ਰੂਲ ਆ ਕੀ ਖਾਣ ਨੂੰ ਮਿਲਦਾ ਕਿੰਨੇ ਪੈਸੇ ਦੇਈਦੇ ਆ ਕਿਹੜੇ ਮੁੱਤ ਤੁਹਾਡਾ ਸਾ ਵਲੌਗਿੰਗ ਜੇ ਇਹਨਾਂ ਦੀ ਉਹਨੂੰ ਝੁੱਡੂ ਜੇ ਨੂੰ ਕੀ ਉਹਦਾ ਨਾਂ ਸ਼ਿਵਮ ਉਹਨੂੰ ਦਈ ਆ ਕਹਿਣ ਵਿੱਚੋਂ ਵੀਡੀਓ ਕਾਲ ਕਰਕੇ ਕਿ ਮੈਂ ਆਪ ਪਹੁੰਚ ਗਈ ਆ ਤੇ ਮੈਨੂੰ ਇੰਜ ਕਰਿਓ ਸਵੇਰੇ ਠਾ ਦਿਓ ਉਹ ਜਿਹਾ ਉਹ ਵੇ ਹੱਸਦਾ ਵੇ ਵਿੱਚੋਂ ਦੀ ਝੁੱਡੂ ਜੇ ਆ ਡਿਊਟੀਆਂ ਇੱਦਾਂ ਦੀਆਂ ਮਿਲਣੀਆਂ ਇਹਨੂੰ ਕਿਉਂਕਿ ਘਰ ਵਾਲੀ ਇਹਦੀ ਚਲ ਗਈ ਆ ਕੈਨੇਡਾ ਉੱਥੇ ਜਾ ਕੇ ਉਹਨੇ ਹੁਣ ਦੱਸਣਾ ਪੰਜਾਬੀਆਂ ਨੂੰ ਕਿ ਮੈਂ ਬੜੀ ਵੱਡੀ ਰਿਸਰਚ ਕਰ ਲਈ ਆ ਇੱਥੇ ਆਹ ਚੀਜ਼ ਹੁੰਦੀ ਆ ਇੱਥੇ ਆਹ ਖਾਣ ਨੂੰ ਮਿਲਦਾ ਇੱਥੇ ਉਹ ਹੁੰਦਾ ਐਵੇਂ ਕਚਰਾ ਘੋਲਣਾ ਫੜ ਕੇ ਕਿ ਪੁਗਰੀ ਮਾਰਨੀ ਜਿੱਦਾਂ ਮਰਜ਼ੀ ਮਾਰੋ ਮੈਂ ਨਾ ਕੈਨੇਡਾ ਪਹੁੰਚ ਗਈ ਆ ਐਪਲ ਜੂਸ ਹੈਗਾ ਇੱਕ ਤੇ ਬੋਲਦੀ ਪਤਾ ਨੀ ਕਿੱਦਾਂ ਹੈ ਫਿਰ ਇਹਦੇ ਫੈਨ ਆਣ ਕੇ ਆਉਂਦੇ ਤੁਹਾਨੂੰ ਕੀ ਲੱਗਦਾ ਤੁਸੀਂ ਕਿਉਂ ਬੋਲਦੇ ਜੀ ਤੁਹਾਨੂੰ ਕਿਉਂ ਮਿਰਚਾਂ ਲੱਗਦੀਆਂ ਮਿਰਚਾਂ ਮੁਰਚਾਂ ਦੀ ਗੱਲ ਨੀ ਹੁੰਦੀ ਬੰਦਿਆਂ ਨੂੰ ਵਲੌਗਿੰਗ ਕਰੋ ਨਵੇਂ ਪਖੰਡ ਕੇ ਜਿਵੇਂ ਇੱਥੇ ਸ਼ਦਾਈ ਬੈਠੇ ਸਾਰੇ ਸੁਣਦੇ ਆ ਕੀ ਇਹਨੇ ਕੈਨੇਡਾ ਜਾ ਕੇ ਕੀ ਦੱਸਦੀ ਆ ਭਲਾ ਵੇਖਿਓ ਪਤਾ ਹੀ ਨਹੀਂ ਸਾਨੂੰ ਤੇ ਖਾਣਾ ਵਧੀਆ ਸੀ ਮੈਨੂੰ ਟੇਸਟੀ ਲੱਗਾ ਜਿਹੜਾ ਪਿਛਲੀ ਫਲਾਈਟ 'ਚ ਗਿਆ ਸੀ ਨਾ ਉਹ ਨਹੀਂ ਸੀ ਟੇਸਟੀ ਉਹ ਕਾਫੀ ਵੀ ਇੰਨੀ ਸਵਾਦ ਨਹੀਂ ਹੈਗੀ ਤੇ ਨਹੀਂ ਬੰਦਾ ਪੁੱਛੇ ਤੈਨੂੰ ਪੁੱਛਣ ਕੌਣ ਦਿਆ ਖਾਣਿਆਂ ਬਾਰੇ ਕਿ ਦੱਸ ਉਹਨਾਂ ਨੂੰ ਖਾ ਕੇ ਦੱਸ ਠੂਸ ਕੇ ਕਿ ਕਿੱਦਾਂ ਦੇ ਆ ਮਸਾਲੇ ਕੀ ਘੱਟ ਆ ਇਹਨਾਂ ਕੀ ਵੱਧ ਆ ਕੀ ਆ ਇਹ ਵਲੌਗਿੰਗ ਆ ਪਤਾ ਨਹੀਂ ਉਹ ਜੇ ਕਮੈਂਟ ਕਰਨ ਵਾਲੇ ਇੱਦਾਂ ਦੀ ਵਲੌਗਿੰਗ ਹੁੰਦੀ ਪਹਿਲਾਂ ਦੱਸੋ ਨਿੱਕੀ ਨਿੱਕੀ ਐਵੇਂ ਖਾਣਾ ਪਹਿਲਾਂ ਮੈਨੂੰ ਸਹੀ ਲੱਗਾ ਸੀ ਬਾਅਦ 'ਚ ਨਹੀਂ ਮੈਨੂੰ ਸਹੀ ਲੱਗਾ ਉਹ ਆ ਜੇ ਆ ਇਹ ਤਾਂ ਵਲੌਗ ਵੇਖਿਓ ਸਾਰੇ ਮਸਾਲਿਆਂ ਤੱਕ ਵੀ ਦੱਸਣ ਦੀ ਹੈ ਕਿ ਘਰੇ ਚਣੇ ਇੱਦਾਂ ਬਣਾਈਦੇ ਆ ਇੱਥੇ ਮਸਾਲੇ ਵੱਧ ਆ ਘੱਟ ਆ ਉਹ ਆ ਜੇ ਆ ਇੰਨੀ ਆ ਅੱਗੇ ਸੁਣਿਓ ਦੂਸਰੀ ਯਾਰ ਹੈ ਚਲੋ ਵਲੌਗਿੰਗ ਇਹਨੂੰ ਹੀ ਕਹਿੰਦੇ ਹੋਣੇ ਆ ਆਪਾਂ ਐਵੇਂ ਬੋਲਦੇ ਰਹਿੰਦੇ ਹਨਾ ਇਹ ਸੈਲਡ ਹੈਗਾ ਏ ਇਹ ਕਰਡ ਹੈ ਇਹ ਨਾਲ ਉਹ ਹੈ ਇਹ ਜੇ ਹੈ ਬਾਅਦ ਚ ਵਿਚਾਰੀ ਨੇ ਟਰਾਂਸਲੇਟ ਕਰਕੇ ਵੇਖਿਆ ਗੂਗਲ ਤੇ ਉਹ ਕਰਡ ਨਹੀਂ ਉਹ ਖੀਰ ਹੀ ਚਲੋ ਗੂਗਲ ਟਰਾਂਸਲੇਟ ਦਾ ਫਾਇਦਾ ਤਾਂ ਹੈਗਾ ਉਹਦਾ ਪਤਾ ਤੇ ਲੱਗ ਹੀ ਗਿਆ ਸੀ ਵਿਚਾਰੀ ਨੇ ਸਰਚ ਮਾਰ ਕੇ ਵੇਖਿਆ ਵਿੱਚ ਕੱਟ ਕਿਉਂ ਹੋਈ ਵੀਡੀਓ ਪਹਿਲਾਂ ਹੀ ਨਾ ਇਹਨੇ ਫਾਹ ਲਿਆ ਕਰੋ ਜੇ ਪਹਿਲੀ ਵਾਰੀ ਚੜੀ ਗਏ ਕੈਨੇਡਾ ਤੇਰਾ ਸੁਪਨਾ ਪੂਰਾ ਹੋ ਹੀ ਗਿਆ ਚਲੋ ਬਾਬਾ ਮੇਹਰ ਕਰੇ ਵਧੀਆ ਤਰੱਕੀਆਂ ਕਰੋ ਪਰ ਆਹ ਕੀ ਆ ਇੰਨੇ ਜਾਣੇ ਜਾਂਦੇ ਮੈਂ ਨਾ ਕਿਤੇ ਉਹ ਜਾ ਕੇ ਫੋਟੋ ਤੱਕ ਨੀ ਪਾਉਂਦੇ ਕਈ ਤੇ ਕਈ ਫਿਰ ਇਹਦੇ ਅਰਗੇ ਇੱਦਾਂ ਕਰਦੇ ਆ ਤੁਹਾਡੀ ਭੋਲੀ ਹੋ ਜਾਏ ਗਾਂਹ ਗਾਂਹ ਪਤਾ ਨੀ ਕੀ ਕੁਛ ਕਰਨਾ ਇਹਨੇ ਕਿੱਥੇ ਜਾਣਾ ਉਹ ਵਿਖਾਈ ਜਾਓ ਨਿੱਕੀਆਂ ਮੋਟੀਆਂ ਵੀ ਕੋਈ ਆ ਆਪਾਂ ਪਹੁੰਚ ਗਏ ਕੈਨੇਡਾ ਹਾਲੇ ਤੇ ਫਿਲਹਾਲ ਮੈਂ 에어ਪੋਰਟ ਤੇ ਆ ਫਾਈਨਲੀ ਆਪਾਂ 에어ਪੋਰਟ ਤੇ ਪਹੁੰਚ ਚੁੱਕੇ ਆ ਐਂਜਲ ਜੀ ਪਧਾਰ ਚੁੱਕੇ ਨੇ 에어ਪੋਰਟ ਤੇ ਨਾਲ ਹੀ ਉਹ ਜਵਾਨ ਨੂੰ ਵਲ ਵੀ ਪੈ ਗਿਆ ਜਿਹੜਾ ਪੈਂਦਾ ਹੁੰਦਾ ਨਾ ਜਾ ਕੇ ਪੰਜਾਬੀਆਂ ਦੇ ਖਾਸ ਕਰਕੇ ਇਹੋ ਜਿਹੀਆਂ ਦੇ ਆਪਾਂ ਪਹੁੰਚ ਗਏ ਕੈਨੇਡਾ ਕੈਨੇਡਾ ਅਜੇ ਮਾੜਾ ਜਿਹਾ ਵਲ ਪਿਆ ਬਾਕੀ ਨਵੀਆਂ ਵੀਡੀਓ ਵੇਖਿਓ ਉਹਦੇ ਵਿੱਚ ਜ਼ਿਆਦਾ ਪੈ ਜਾਣਾ ਅੰਗਰੇਜ਼ਣ ਬਣ ਜਾਣਾ ਇਹਨੇ ਚਲੋ ਅੱਗੇ ਵੇਹਨੇ ਆ ਡਾਕਟਰ ਗਾਇਸ ਮੇਰੇ ਛੋਟੇ ਕਜ਼ਨ ਬ੍ਰਦਰ ਨੇ ਮੈਨੂੰ ਰਿਸੀਵ ਕਰਨਾ ਨਾ ਪਰ ਉਸ ਤੋਂ ਪਹਿਲਾਂ ਸਾਰੀਆਂ ਫਾਰਮੈਲਿਟੀਜ਼ ਹੋਣੀਆਂ ਚੈਕਿੰਗ ਵਗੈਰਾ ਐ ਜੋ ਫੇਰ ਉਹ ਹੀ ਗੱਲ ਕਿੰਨੇ ਪੁੱਛਿਆ ਕਿੰਨੇ ਆ ਕਿ ਕਿੰਨੇ ਤੈਨੂੰ ਲੈਣ ਆਉਣਾ ਕਿੰਨੇ ਨਹੀਂ ਕੀ ਆ ਯਾਰ ਇੰਨਾ ਰਹਿਤਾ ਵਲੌਗਿੰਗ ਦੇ ਵਿੱਚ ਕਿ ਹਰ ਗੱਲ ਹੀ ਦੱਸਣੀ ਦੱਸਣੀ ਇਹ ਬੋਲਦੀ ਪਤਾ ਕਿੱਦਾਂ ਵੇਖਿਓ ਜਦੋਂ ਚੰਗੀ ਤਰ੍ਹਾਂ ਪਤਾ ਕਿਹਦੇ ਨੂੰ ਲੱਗਦੀ ਆ ਵੇਖਿਓ ਫਾਈਨਲੀ ਮੈਂ ਕੈਨੇਡਾ ਚ ਆ ਚੁੱਕੀ ਹਾਂ ਉਦਾਂ ਵੇਂਦੇ ਜੇ ਨਾ ਇਹਨਾਂ ਦੇ ਕੰਮ ਬਾਹਰ ਨਿਕਲ ਜੇ ਭਾਵੇਂ ਕੁੜੀ ਹੋਵੇ ਇੱਕ ਹੱਥ ਨਾਲ ਚੁੱਕਦੀ ਗਾ ਪਰ ਨਾ ਮੋਬਾਈਲ ਨਹੀਂ ਛੱਡਣਾ ਵਲੌਗ ਨਹੀਂ ਬੰਦ ਹੋਣਾ ਚਾਹੀਦਾ ਐਡਾ ਭਾਰਾ ਉਹ ਮਾਈ ਗੋਡ ਮਸਾਂ ਹੀ ਚੁੱਕਿਆ ਮੈਂ ਨਾਲ ਦੱਸ ਵੀ ਦੇਣਾ
ਤੇ ਉਹਨੂੰ ਪਿਓ ਨੂੰ ਮੋਬਾਈਲ ਨੂੰ ਰੱਖ ਲਾ ਇੱਕ ਬੰਨੇ, ਫਿਰ ਚੁੱਕ ਲਾ ਦੋਵੇਂ ਹੱਥਾਂ ਨਾਲ, ਮੂੰਹ ਵੀ ਚਲਾਈ ਜਾਣਾ, ਇੱਕ ਹੱਥ 'ਚ ਮੋਬਾਈਲ ਵੀ ਫੜਿਆ, ਦੂਜਾ ਹੱਥ ਵੀ ਫਿਰ ਪਾਉਣਾ, ਤੇ ਭਾਰਾ ਤੇ ਆਪੇ ਹੋਣਾ ਜਦੋਂ ਇੰਨਾ ਭਾਰ ਆ ਉਹਦੇ ਵਿੱਚ, ਮੋਬਾਈਲ ਛੱਡ ਤੇ ਉਹਨਾਂ ਨੂੰ ਫੜ, ਕੋਈ ਗੱਲ ਨਹੀਂ। ਨਾ 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 ਬਹੁ ਤੂੰ ਨਾ ਬੋਲੀ, ਕਿਉਂਕਿ ਤੂੰ ਬਹੁਤ ਘੱਟ ਬੋਲਦੀ ਆ, ਤੂੰ ਕਦੀ ਬੋਲੇ ਵੇਖਿਆ ਹੀ ਨਹੀਂ ਆਪਾਂ ਤੈਨੂੰ ਬੋਲਦੇ ਆ, ਹੈ ਨਾ, ਤੂੰ ਨਾ ਦੱਸੀ। ਕੋਈ ਨੀ, ਇੱਕੋ ਦਿਨ ਚ ਹੀ ਫੈਮਿਲੀ ਦੀ ਯਾਦ ਆ ਗਈ, ਇੱਕੋ ਦਿਨ ਵੀ ਨੀ ਅਜੇ, ਅਜੇ ਪਹੁੰਚੀ ਆ, ਬਹੁ ਘਰੇ ਰਹਿਣਾ ਸੀ ਫਿਰ, ਕੋਈ ਗੱਲ ਹੀ ਨੀ, ਆਹੋ ਕੱਲ ਹੀ ਇੰਨੇ ਪੈਸੇ ਖਰਚਣੇ ਸੀ, ਕੱਲ ਹੀ ਪੜ੍ਹਾਈਆਂ ਕਰਨ ਆਏ, ਅਜੇ ਤੇ ਗਾਂਹ ਗਾਂਹ ਕੀ ਬਣੂਗਾ, ਆਉਂਦਿਆਂ ਹੀ ਯਾਦ ਬਹੁਤ ਜ਼ਿਆਦਾ ਆ ਰਹੀ ਹੈ, ਉਹ ਵੀ ਕੈਮਰੇ ਦੇ ਸਾਹਮਣੇ, ਉੱਦਾਂ ਨੀ ਕੈਮਰੇ ਦੇ ਸਾਹਮਣੇ ਬਹੁਤ ਜ਼ਿਆਦਾ ਆ ਰਹੀ ਹੈ, ਫਿਰ ਅੱਖਾਂ ਚੋਂ ਗਲੇਡੂ ਵੀ ਡਿੱਗਣੇ, ਉਹ ਡਿੱਗੇ ਨੀ, ਚਲੋ ਬਾਅਦ ਚ ਡਿੱਗਦੇ ਰਹਿਣੇ ਆ ਅਗਲੇ ਵਲੋਗਾਂ ਚ, ਬੜੇ ਪਖੰਡ ਵੇਖਣ ਨੂੰ ਮਿਲਨੇ ਇਹਨਾਂ ਦੇ ਬਹੁਤ ਜ਼ਿਆਦਾ। ਮੈਂ ਕਿਹਾ ਹੁਣੇ ਹੁਣੇ ਆਈ ਨਾ, ਭੁਲੇਖਾ ਪੈ ਗਿਆ, ਮੈਂ ਕਿਹਾ ਸਟੀਅਰਿੰਗ ਪੁੱਠੇ ਪਾਸੇ ਆ, ਅਜੇ ਬੜੇ ਭੁਲੇਖੇ ਪੈਣੇ ਆ ਸਾਡੇ ਤੇ ਇੱਧਰ, ਨਿਆਣੇ ਨਿਆਣੇ ਨੂੰ ਪਤਾ ਕਿ ਬਾਹਰ ਦੇ ਮੁਲਕ ਸਟੀਅਰਿੰਗ ਪੁੱਠੇ ਪਾਸੇ ਹੁੰਦੇ ਆ, ਭੁਲੇਖੇ ਪੈਂਦੇ ਹੁੰਦੇ ਆ ਪਹਿਲੀ ਜਦੋਂ ਆਈਏ। ਤੁਸੀਂ ਮੰਨੋਗੇ ਆਪਾਂ ਕਦੋਂ ਦੇ ਕੈਨੇਡਾ ਪਹੁੰਚੇ ਹੋਏ ਆ, ਤੇ 5-6 ਘੰਟੇ ਸਾਨੂੰ ਲੱਗ ਗਏ ਆ, 6 hours ਲੱਗ ਗਿਆ ਸਾਨੂੰ। ਵੈਸੇ ਸਾਨੂੰ ਨਾ ਜਦੋਂ 5-6 ਘੰਟੇ ਕਿਹਾ ਉਦੋਂ ਹੀ ਪਤਾ ਲੱਗ ਗਿਆ ਪੰਜਾਬੀ ਚ, ਤੇ ਉਹ ਕਹਿਣ ਦੀ ਲੋੜ ਹੀ ਨਹੀਂ 6 hours, ਪਰ ਉਹ ਸੱਚ ਕੈਨੇਡਾ ਆਏ ਆ, ਬੋਲਣਾ ਪੈਂਦਾ, ਅੰਗਰੇਜ਼ ਬਣਨਾ ਅਜੇ ਵੇਖਿਓ, ਗਾਹ ਆਵੇ ਕੁਛ ਭਾਵੇਂ ਨਾ, ਪਰ ਅੰਗਰੇਜ਼ ਬਣਨਾ ਆਪਾਂ। ਮੈਂ ਵੈਸੇ ਅੱਜ ਪੀਜ਼ਾ ਹੀ ਖਾਧਾ ਕਿਉਂਕਿ ਥੱਕੀ ਟੁੱਟੀ ਆਈ ਸੀ, ਤੇ ਚਲੋ ਇੱਕ ਵਾਰ ਮੇਰੀ ਥੋੜੀ ਸੈਟਿੰਗ ਵਗੈਰਾ ਹੋ ਜਾਣੀ। ਕੀ ਆਈ ਸੀ ਟੱਟੀ? ਅੱਛਾ ਥੱਕੀ ਟੁੱਟੀ ਆਈ ਸੀ, ਮੈਂ ਬੜੀ ਕੁਛ ਸਮਝ ਲਿਆ, ਹੁਣ ਬੋਲਦੀ ਉੱਦਾਂ ਤੇ ਹੁਣ ਮੈਨੂੰ ਕੀ ਪਤਾ ਲੱਗੇ। ਅੱਛਾ ਥੱਕੀ ਟੁੱਟੀ ਕਿਹਾ ਸੀ, ਠੀਕ ਹੈ, ਸ਼ਿਵਮ ਨਾਲ ਗੱਲ ਹੋਣ ਦੀ ਸੀ ਨਾ ਵੀਡੀਓ ਕਾਲ ਤੇ, ਉਹਨੂੰ ਦੱਸਣ ਦੀ, ਠੀਕ ਠੀਕ ਹੈ। ਆਹੋ ਯਾਰ ਇੱਦਾਂ ਹੀ ਆ ਜਾ ਕਰੋ, ਮੇਰੇ ਘਰ ਵਾਲੇ ਦਾ ਦਿਲ ਲੱਗ ਜਾ ਕਰੂਗਾ। ਇਹ ਵੀਡੀਓ ਕਾਲ ਦੇ ਵਿੱਚ ਇਹ ਵੀ ਮੈਂ ਵੇਖਣ ਹੀ ਦਿਆਂ ਕਿ ਇਹ ਕਿਉਂ ਨਹੀਂ ਆਇਆ, ਵੀ ਇਹ ਵਛਦਾ ਹੀ ਆ, ਹੈਗਾ ਇਹਨਾਂ ਦਾ ਬੰਦਾ ਇੱਥੇ, ਇਹ ਵੀ ਪੈਦਲ ਆ ਦਿਮਾਗੋਂ। ਆਂਦੀ ਆਹੋ ਇੱਦਾਂ ਹੀ ਆ ਜਾ ਕਰੋ, ਮੇਰੇ ਘਰ ਵਾਲੇ ਦਾ ਦਿਲ ਲੱਗ ਜਾ ਕਰੇਗਾ, ਉਹ ਤਾਂ ਰਹਿੰਦਾ ਹੀ 24 ਘੰਟੇ ਦੇ ਨਾਲ ਆ, ਹੁਣ ਇਹ ਨਹੀਂ ਪਤਾ ਦਿਲ ਕਿੱਦਾਂ ਦਾ ਲਾਉਣਾ, ਚਲੋ ਪਤਾ ਹੋਊ ਇਹਨੂੰ, ਹੋਰ ਹੀ ਨਾ ਦਿਲ ਲਾ ਕੇ ਬੈਠਾ ਹੋਵੇ ਕਿਤੇ ਦੋਵੇਂ ਜਾਣੇ। ਚਲੋ ਠੀਕ ਹੈ, ਹੁਣ ਮੈਨੂੰ ਸਵੇਰੇ ਠਾ ਦਿਓ ਕਿਉਂਕਿ ਤੁਹਾਡੀ ਤੇ ਰਾਤ ਹੋਣੀ ਆ। ਚਲੋ ਮੈਨੂੰ ਫਿਰ ਠਾ ਦਿਓ ਕਿਉਂਕਿ ਤੁਹਾਡੀ ਤਾਂ ਰਾਤ ਹੋਣੀ ਹੈ, ਸਾਨੂੰ ਤੇ ਪਤਾ ਹੀ ਨਹੀਂ, ਨਾ ਉਹਨੂੰ ਪਤਾ ਸੀ ਚੁੱਡੂ ਜਿਹਨੂੰ ਜਿਹੜਾ ਵਿੱਚ ਵੀਡੀਓ ਕਾਲ ਕਰਦੇ ਆ, ਹਨਾ, ਉਹ ਤੇ ਏਂਜਲ ਨੇ ਦੱਸਿਆ, ਫਿਰ ਪਤਾ ਲੱਗਾ ਕਿ ਉਧਰ ਦਿਨ ਤੇ ਇੱਧਰ ਰਾਤ ਹੁੰਦੀ। ਤੇ ਹਾਂ ਇੱਕ ਹੋਰ ਗੱਲ ਕਰਨੀ ਸੀ ਕਿ ਸ਼ਾਨ ਬੱਗੇ ਦੀ ਜਿਹੜੀ ਰਿਕਾਰਡਿੰਗ ਲੀਕ ਹੋਈ ਸੀ, ਹਨਾ, ਸਾਰਿਆਂ ਨੇ ਵੇਖ ਹੀ ਲਈ, ਸੁਣ ਵੀ ਲਈ, ਉਹਦੇ ਵਿੱਚ ਕੀ ਸੀ ਸਾਫ਼ ਪਤਾ ਲੱਗਦਾ ਕਿ ਸ਼ਾਨ ਬੱਗਾ ਹੀ ਆ, ਠੀਕ ਹੈ। ਤੇ ਕਈਆਂ ਦੇ ਮੈਸੇਜ ਆਉਂਦੇ ਸੀ ਕਿ ਭਾਜੀ ਉਹਨਾਂ ਦੇ ਪਰਿਵਾਰ ਨੂੰ ਤੇ ਫਰਕ ਹੀ ਕੋਈ ਨਹੀਂ ਆ, ਨਰੂਲਾ ਫੈਮਿਲੀ ਤੇ ਪੋਸਟਾਂ ਪਾਉਂਦੀ ਹੈ, ਹਨਾ, ਕਿਸੇ ਨੂੰ ਕੋਈ ਫਰਕ ਨਹੀਂ ਆ, ਐਡੀ ਤਕੜੀ ਗੱਲ ਹੋਈ, ਸ਼ੌਕਿੰਗ ਵਾਲੀ ਨਿਊਜ਼ ਸੀ, ਪਰ ਨਾ ਸਿਮਰਨ ਨੂੰ ਵੀ ਕੋਈ ਲੱਥੀ ਚੜੀ ਯਾਦ ਨਹੀਂ। ਵੇਖੋ ਯਾਰ ਆਪਾਂ ਨੇ ਕਿਹੜਾ ਵੇਖਿਆ, ਜਿਹੜੀ ਗੱਲ ਹੋਈ ਆ ਰਿਕਾਰਡਿੰਗ ਸਾਹਮਣੇ ਆਈ ਆ, ਐਡੀ ਤੇ ਗੱਲ ਨਹੀਂ ਕਿ ਉਹਨਾਂ ਨੂੰ ਦੁੱਖ ਨਾ ਹੋਵੇ, ਹਿੱਲੇ ਉਹ ਵੀ ਪੂਰੇ ਪਏ ਆ, ਪਰ ਗੱਲ ਕੀ ਆ, ਸੋਸ਼ਲ ਮੀਡੀਆ ਜਿਹੜੀ ਚੀਜ਼ ਹੀ ਇਹੋ ਜਿਹੀ ਆ, ਜੇ ਉਹ ਮਾੜੀ ਜਿਹੀ ਵੀ ਹਰਕਤ ਕੋਈ ਕਰਦੇ ਆ ਨਾ, ਤੇ ਬੜੀ ਛੇਤੀ ਉੱਡਣੀ ਆ। ਉਹ ਪਰਿਵਾਰ ਨੇ ਸਲਾਹ ਕੀਤੀ ਆ, ਸਿੱਧੀ ਗੱਲ ਇਹੋ ਗੱਲ ਆ, ਉਹ ਸਾਰੇ ਨੇ ਸਲਾਹ ਕੀਤੀ, ਸੈਮ ਤੋਂ ਲੈ ਕੇ ਕਪਲ ਪਾਪਾ ਤੋਂ ਲੈ ਕੇ ਸਾਰੇ ਨਰੂਲਾ ਫੈਮਿਲੀ ਨੇ, ਕਿ ਸ਼ਾਂਤ ਰਹੋ, ਸ਼ਾਂਤ ਰਹਿਣ ਦੇ ਵਿੱਚ ਹੀ ਭਲਾਈ ਆ, ਆਪਣੀਆਂ ਪੋਸਟਾਂ ਲਗਾਤਾਰ ਪਾਈ ਜਾਓ ਜਿੱਦਾਂ ਡੇਲੀ ਰੂਟੀਨ ਨਾਲ ਪਾਉਂਦੇ ਹੋ, ਧਿਆਨ ਹੀ ਨਾ ਦਿਓ ਉਹ ਗੱਲ ਵੱਲ, ਬਸ ਆ ਜੇ। ਉਹ ਵੱਖਰੀ ਗੱਲ ਹੈ ਸ਼ਾਂਤ ਦੇ ਭਾਵੇਂ ਅੰਦਰ ਵਾੜ ਕੇ ਉਹਦੀ ਜੁੱਤੀਆਂ ਸਿਰ 'ਚ ਮਾਰਨ ਦੇ ਹੋਣ, ਭਾਵੇਂ ਵੱਜ ਹੀ ਗਈਆਂ ਹੋਣ, ਉਹ ਗੱਲ ਵੱਖਰੀ ਆ, ਕੰਮ ਜੁੱਤੀਆਂ ਵਾਲੇ ਵੱਜ ਹੀ ਗਈਆਂ। ਜਿਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਲਿਓ, 1 ਸਕਿੰਟ ਦਾ ਕੰਮ ਆ, ਅਤੇ ਜਿਹਨਾਂ ਨੇ ਕੀਤਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ। ਅਤੇ ਕੱਟੜ ਫੈਨ ਉਹ ਦੂਰੀ ਦਿਓ ਜ਼ਰਾ, ਕੋਈ ਫਾਇਦਾ ਨਹੀਂ ਐਵੇਂ ਆਣ ਕੇ ਕਮੈਂਟ ਕਰ ਦਿਓ, ਹੈ ਨਾ। ਚਲੋ ਵਧੀਆ, ਤੁਸੀਂ ਉਹਨਾਂ ਦੇ ਵਲੌਗ ਵਹਿੰਦੇ ਜੇ, ਵਹਿੰਦੇ ਰਹੋ, ਆਪਾਂ ਕਹਿੰਦੇ ਡੱਕਦੇ ਹਾਂ, ਪਰ ਰੋਸਟਿੰਗ ਵੀ ਇੱਦਾਂ ਹੀ ਚੱਲਦੀ ਰਹਿਣੀ ਹੈ ਅਤੇ ਵਲੌਗਿੰਗ ਵੀ ਉਹਨਾਂ ਦੀ ਇੱਦਾਂ ਹੀ ਚੱਲਦੀ ਰਹਿਣੀ, ਸਿੱਧੀ ਗੱਲ, ਆਪਣੀ ਕਿਹੜੀ ਕੋਈ ਕਿਸੇ ਨਾਲ ਬੜੀ ਦੁਸ਼ਮਣੀ ਹੈ। ਬਾਕੀ ਹਾਂ ਇੰਟਰਟੇਨ ਕਰੀਦਾ, ਰੋਸਟਿੰਗ ਦੇ ਵਿੱਚ ਇੰਟਰਟੇਨਮੈਂਟ ਵੀ ਹੈਗਾ, ਜੇ ਕਿਸੇ ਦੇ ਮੂੰਹ 'ਤੇ ਸਮਾਈਲ ਆਉਂਦੀ ਹੈ, ਕਿਸੇ ਦਾ ਹਾਸਾ ਨਿਕਲਦਾ, ਤਾਂ ਹੋਰ ਕੀ ਚਾਹੀਦਾ, ਸਿੱਧੀ ਗੱਲ। ਬਾਕੀ ਰੋਸਟਿੰਗ ਹੁੰਦੀ ਰਹਿਣੀ ਆ, ਕਿਉਂਕਿ ਕੁਝ ਚਵਲਪੁਣਾ ਵਿੱਚ ਦੀਦਾ ਖਾਸ ਖਾਸ ਹੈਗੇ ਆ, ਚਵਲ ਮਹਾਨ ਜਿਨ੍ਹਾਂ ਨੇ ਸੁਧਰਨਾ ਨਹੀਂ ਆ, ਉਹ ਚਾਹੁੰਦੇ ਆ ਕਿ ਰੋਸਟਿੰਗ ਹੋਵੇ, ਵਧੀਆ ਚੱਲਦਾ ਰਹੇ ਕੰਮ ਇੱਦਾਂ ਹੀ। ਬਾਕੀ ਤੁਸੀਂ ਨਾ ਐਵੇਂ ਕਮੈਂਟਾਂ ਦੇ ਵਿੱਚ ਕਰਿਆ ਕਰੋ, ਉਹ ਆ ਤੇ ਜੇ ਆ ਅਤੇ ਉਹ ਆ ਤੇ ਜੇ ਆ,